ਸੰਗਰੂਰ ਧੂਰੀ ਰੋਡ ਨੇੜੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 18 ਟਾਇਰੀ ਟਰਾਲਾ, 2 ਕੈਂਟਰ ਤੇ ਕਰੋਲਾ ਗੱਡੀ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਬੇਕਾਬੂ 18 ਟਾਇਰੀ ਟਰਾਲਾ ਪਹਿਲਾਂ 2 ਖੜ੍ਹੇ ਕੈਂਟਰਾਂ ਵਿੱਚ ਵੱਜਿਆ ਅਤੇ ਬਾਅਦ ਵਿੱਚ ਇੱਕ ਕਰੋਲਾ ਗੱਡੀ ਨੂੰ ਟੱਕਰ ਮਾਰਦਾ ਹੋਇਆ ਕੰਧ ਵਿੱਚ ਜਾ ਵੱਜਿਆ, ਜਿਸ ਨਾਲ ਕੰਧ ਵੀ ਟੁੱਟ ਗਈ ਅਤੇ ਟਰਾਲਾ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਕਰੋਲਾ ਗੱਡੀ ਵਾਲੇ ਪਹਿਲਾਂ ਤਾਂ ਬੜੇ ਔਖੇ ਗੱਡੀ ਵਿੱਚੋਂ ਬਾਹਰ ਨਿਕਲੇ, ਉਸ ਤੋਂ ਬਾਅਦ ਟਰਾਲਾ ਡਰਾਈਵਰ ਦੀ ਵੀ ਜਾਨ ਬਚਾਈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਸੰਗਰੂਰ ਤੋਂ ਰਾਜਕੁਮਾਰ ਧੂਰੀ ਦੀ ਰਿਪੋਰਟ। ਸਰ, ਇਹ ਅਸੀਂ ਬੇਨੜੇ ਤੋਂ ਆ ਰਹੇ ਸੀ ਅਤੇ ਸਰ ਤਕਰੀਬਨ 4 ਵਜੇ ਦੀ ਗੱਲ ਹੈਗੀ, ਅਸੀਂ ਉਰੇ ਚਾਹ ਪੀਣ, ਸਾਨੂੰ ਉਰੇ ਚਾਹ ਵਧੀਆ ਬਣਾਉਂਦੇ ਨੇ, ਚਾਹ ਪੀਣ ਖੜ੍ਹੇ ਸੀ ਸਰ, ਅਤੇ ਇਹ ਗੱਡੀ 10 ਚੱਕੀ ਗੱਡੀ ਆਈ ਆਪਣੇ 18 ਜੋ ਵੀ ਗੱਡੀ ਹੈਗੀ ਇਹ ਆਈ ਹੈਗੀ ਕੋਲਾ, ਅਤੇ ਇਹਨੇ ਪਹਿਲਾਂ ਤਾਂ ਸਰ ਪਿੱਛੇ ਗੱਡੀ ਖੜ੍ਹੀ ਹੈਗੀ ਚਾਰ, ਉਹਦੇ ਵਿੱਚ ਗੱਡੀ ਦੇ ਵਿੱਚ ਹਿੱਟ ਕਰਿਆ, ਉਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਹਿੱਟ ਕਰਨ ਤੋਂ ਬਾਅਦ ਇਹਨਾਂ ਨੇ ਆਹ ਦੂਜੀ ਗੱਡੀ ਦੇ ਵਿੱਚ ਠੀਕ ਨਹੀਂ ਹਿੱਟ ਕਰਿਆ, ਫਿਰ ਉਸ ਤੋਂ ਬਾਅਦ ਇਹਨੇ ਮਤਲਬ ਕਿ ਤਾਂ ਕੰਟਰੋਲ ਖੋ ਗਿਆ ਬੰਦੇ ਤੋਂ, ਫਿਰ ਉਸ ਤੋਂ ਬਾਅਦ ਇਹਨੇ ਆਹ ਗੱਡੀ ਦੇ ਵਿੱਚ ਹਿੱਟ ਕਰਿਆ ਗਾ ਸਾਡੀ ਕਰੋਲਾ ਅਲਟਿਸ ਦੇ ਵਿੱਚ, ਫਿਰ ਉਸ ਤੋਂ ਬਾਅਦ ਸਰ ਅਸੀਂ ਬਹੁਤ ਹੀ ਮੁਸ਼ਕਿਲ ਨਾਲ ਨਿਕਲਿਆਂਗੇ, ਨਿਕਲ ਗਏ ਸਰ ਅਸੀਂ, ਫਿਰ ਆਪਦੀ ਜਾਨ ਬਚਾ ਕੇ ਤਾਂ ਅਸੀਂ ਫਿਰ ਸਰ ਉਹ ਡਰਾਈਵਰ ਦੀ ਜਾਨ ਬਚਾਈ। ਕੋਈ ਜਾਨ ਮਾਲ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ? ਜਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਹੈਗਾ, ਅਤੇ ਬਾਕੀ ਜੋ ਆ ਹੋਇਆ ਗਾ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਗਾ। ਆਹ ਜਿਹੜੀ ਕਰੋਲਾ ਗੱਡੀ ਕਿਹਦੀ ਸੀ? ਇਹ ਸਰ ਮੇਰੀ, ਹਰਵਿੰਦਰ ਸਿੰਘ ਮੇਰੀ ਸੀ ਸਰ। ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ? ਮੈਂ ਸਰ ਧੂਰੀ ਦੇ ਵਿੱਚੋਂ ਹੀ ਬਿਲੋਂਗ ਕਰਦਾ ਗਾ, ਮੈਂ ਸਰਵਿਸ ਕਰਦਾ ਮਾਰਕੀਟ। ਮਤਲਬ ਕਿਸ ਤਰ੍ਹਾਂ ਹੋਇਆ ਸਰ, ਕੀ ਕਾਰਨ ਹੋਇਆ ਗਾ? ਕਾਰਨ ਤਾਂ ਸਰ ਹੁਣ ਡਰਾਈਵਰ ਦਾ ਕੁਛ ਨਹੀਂ ਕਹਿ ਸਕਦੇ ਕਿ ਉਹਦਾ ਡਰੱਗ ਲਿੱਤਾ ਹੋਇਆ ਸੀ ਜਾਂ ਉਹਦਾ ਮਤਲਬ ਕਿ ਕੁਛ ਹੋਰ ਸੀ, ਕੁਛ ਉਹਦੇ ਵਿੱਚ ਆਪਾਂ ਕੋਈ ਰਾਏ ਨਹੀਂ ਦੇ ਸਕਦੇ। ਰਾਤ ਕਿੰਨੇ ਵਜੇ ਦਾ ਸਮਾਂ ਹੋਇਆ? ਇਹ ਸਰ 4 ਤਕਰੀਬਨ 4-4:30 ਵਜੇ ਦੀ ਗੱਲ ਹੈ। ਕੀ ਮੰਗ ਕਰਦੇ ਹੋ ਜਿਹੜਾ ਤੁਹਾਡਾ ਮਤਲਬ ਕਰੋਲਾ ਗੱਡੀ ਦਾ ਨੁਕਸਾਨ ਹੋਇਆ? ਸਰ ਅਸੀਂ ਆਪਣੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰਦਿਆਂਗੇ ਕਿ ਸਾਨੂੰ ਪੂਰਾ ਕਾਨੂੰਨ 'ਤੇ ਵਿਸ਼ਵਾਸ ਹੈਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਠੀਕ ਨਹੀਂ, ਜੋ ਵੀ ਬਣਦੇ ਸਾਡੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ, ਠੀਕ ਨਹੀਂ। ਉਸ ਤੋਂ ਬਾਅਦ ਹੁਣ ਗੱਲ ਇਹ ਆ ਸਰ ਕਿ ਪ੍ਰਸ਼ਾਸਨ, ਚਲੋ ਆਇਆ, ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ। ਅੱਛਾ, ਪ੍ਰਸ਼ਾਸਨ ਆਇਆ ਸੀ? ਹਾਂਜੀ ਸਰ, ਉਰੇ 1-2 ਰਾਊਂਡ ਅਸੀਂ ਉਹਨਾਂ ਕੋਲ ਲਾਏ ਆਏਗੇ, ਆਪਣੇ ਸਦਰ ਜਿਹੜਾ ਥਾਣਾ ਪਿੰਡ ਪਿੰਡੇ ਉਹਦੇ ਵਿੱਚ 1-2 ਵਾਰ ਅਸੀਂ ਜਾਏ ਆਏਗੇ, 1-2 ਵਾਰ ਹੋ ਆ, ਬਾਕੀ ਇੰਟੈਲੀਜੈਂਸ ਵਗੈਰਾ ਹੋਰ ਆਏ ਨੇ। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.